ਇਹ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਾਰੇ ਵਿਸਤੰਤ ਪਤਾ ਹੀ ਹੈ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵਸਦੇ ਬਹੁਤ ਸਾਰੇ ਅਜਿਹੇ ਪਿੰਡ ਹਨ ਜਿਨ੍ਹਾਂ ਦੇ ਵਿੱਚ ਅਨੋਖੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਬਾਰੇ ਵਿੱਚ ਜਦੋਂ ਦੂਜੇ ਲੋਕ ਸੁਣਦੇ ਹਨ ਤਾਂ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੁੰਦੇ ਹਨ ਉੱਥੇ ਇੱਕ ਹੋਰ ਘਟਨਾ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਬੱਲਾ ਦੇ ਵਿੱਚ ਵਾਪਰੀ ਹੈ ਦਰਅਸਲ ਉਸ ਪਿੰਡ ਦੇ ਵਿੱਚ ਇੱਕ ਬੱਚਾ ਜੋ ਕਿ 10 ਸਾਲ ਦਾ ਸੀ ਉਸ ਬੱਚੇ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਹੈ ਜੇਕਰ ਤੁਹਾਨੂੰ ਦੱਸੀਏ ਤਾਂ ਉਹ ਬੱਚਾ ਇੱਕ ਮੁੰਡਾ ਸੀ ਹੁਣ ਇੱਕ ਮੁੰਡੇ ਦੇ ਘਰ ਵਿੱਚ ਅਜਿਹਾ ਬੱਚਾ ਕਿਵੇਂ ਜਨਮ ਲੈ ਸਕਦਾ ਹੈ ਇਸ ਦੇ ਬਾਰੇ ਵਿੱਚ ਸੋਚਣ ਤੇ ਹੀ ਬਹੁਤ ਹੀ ਜ਼ਿਆਦਾ ਹੈਰਾਨੀ ਵਾਪਰਦੀ ਅਤੇ ਨਾ ਮੁਮਕਿਨ ਦੇ ਬਰਾਬਰ ਲੱਗਦਾ ਹੈ ਉੱਤੇ ਸਾਨੂੰ ਇਹ ਵੀ ਪਤਾ ਹੋਵੇਗਾ ਕਿ ਅੱਜ ਕੱਲ੍ਹ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਅਤੇ ਲੋਕਾਂ ਦੇ ਨਾਲ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿੰਨਾਂ ਦਾ ਕਿ ਕੋਈ ਵੀ ਮਤਲਬ ਨਹੀਂ ਹੁੰਦਾ ਅਤੇ ਜੋ ਕਿ ਕੁਦਰਤ ਦੇ ਖਿਲਾਫ ਹੁੰਦੀਆਂ ਹਨ ਪਰ ਇੱਥੇ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਵੀ ਗੱਲਾਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਪਿੰਡਾਂ-ਪਿੰਡਾਂ ਦੇ ਵਿੱਚ ਵਾਇਰਲ ਹੋ ਰਹੀਆਂ ਹਨ ਕਿ ਉਸ ਬੱਚੇ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਹੈ ਉਹ ਬਿਲਕੁਲ ਝੂਠ ਹਨ ਹੁਣ ਇਸ ਘਟਨਾ ਦੇ ਪਿੱਛੇ ਦੀ ਅਸਲ ਸਚਾਈ ਕੀ ਹੈ ਇਸ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਦੱਸਾਂਗੇ ਦਰਅਸਲ ਜਦੋਂ ਬੱਚਾ ਛੋਟਾ ਜਿਹਾ ਸੀ ਤਾਂ ਉਸਦੇ ਪੇਟ ਦੇ ਵਿੱਚ ਰਸੋਲੀ ਸੀ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਅਤੇ ਉਸਦੇ ਪਰਿਵਾਰ ਨੇ ਵੀ ਬਹੁਤ ਕੋਸ਼ਿਸ਼ ਕੀਤੀ ਕਿ ਉਸ ਰਸੋਲੀ ਨੂੰ ਕਢਵਾ ਦਿੱਤਾ ਜਾਵੇ ਪਰ ਜਦੋਂ ਵੀ ਉਸ ਰਸੋਲੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੱਚੇ ਨੂੰ ਹਰ ਵੇਲੇ ਹੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਜਹੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਕਿ ਉਸ ਰਸੋਲੀ ਨੂੰ ਪੇਟ ਦੇ ਅੰਦਰ ਹੀ ਰੱਖਣਾ ਪਿਆ। ਉੱਥੇ ਹੀ ਉਸ ਦੀਆਂ ਰਿਪੋਰਟਸ ਦੇ ਵਿੱਚ ਇਹ ਰਿਜ਼ਲਟ ਵੀ ਦੇਖਣ ਨੂੰ ਮਿਲਿਆ ਕਿ ਜੇਕਰ ਇਹ ਰਸੋਲੀ ਬੱਚੇ ਦੇ ਪੇਟ ਦੇ ਵਿੱਚੋਂ ਕੱਢ ਦਿੱਤੀ ਜਾਂਦੀ ਹੈ ਤਾਂ ਬੱਚੇ ਦੀ ਮੌਤ ਹੋ ਸਕਦੀ ਹੈ। ਜਿਸ ਕਰਕੇ ਡਾਕਟਰਾਂ ਨੇ ਕਿਹਾ ਕਿ ਅਸੀਂ ਇਹ ਰਸੋਲੀ ਨਹੀਂ ਕੱਢਦੇ ਬਲਕਿ ਇਸ ਨੂੰ ਜਿੰਨਾ ਟਾਈਮ ਵਾਹਿਗੁਰੂ ਦੀ ਕਿਰਪਾ ਹੋਈ ਜਿੰਨਾ ਟਾਈਮ ਤੱਕ ਇਹ ਬੱਚਾ ਜਿੰਦਾ ਰਿਹਾ ਇਸ ਨੂੰ ਅਜਿਹੇ ਟ੍ਰੀਟਮੈਂਟ ਦੀ ਲੋੜ ਹੈ ਜਿਸ ਤੇ ਨਾਲ ਇਹ ਇਸ ਦੀ ਜਾਨ ਬਚ ਸਕੇ। ਰੱਬ ਦਾ ਬਹੁਤ ਹੀ ਜ਼ਿਆਦਾ ਸ਼ੁਕਰ ਹੈ ਕਿ ਉਹ ਬੱਚਾ ਇੱਕ ਵਧੀਆ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜਿਸ ਕਰਕੇ ਉਸ ਬੱਚੇ ਦਾ ਇੰਨਾ ਮਹਿੰਗਾ ਇਲਾਜ ਉਹਨਾਂ ਮਾਪਿਆਂ ਦੇ ਲਈ ਕਰਨਾ ਜ਼ਿਆਦਾ ਮੁਸ਼ਕਿਲ ਨਾ ਹੋਇਆ ਅਤੇ ਉਹ ਉਸ ਬੱਚੇ ਦਾ ਇਲਾਜ ਹੁਣ ਤੱਕ ਕਰਵਾ ਰਹੇ ਹਨ ਪਰ ਉਸ ਬੱਚੇ ਦਾ ਪੇਟ ਦਿਨੋ-ਦਿਨ ਫੁੱਲਦਾ ਹੀ ਜਾ ਰਿਹਾ ਹੈ ਜਿਵੇਂ-ਜਿਵੇਂ ਉਹ ਛੋਲੀ ਵੱਡੀ ਹੋ ਰਹੀ ਹੈ ਓਵੇਂ-ਓਵੇਂ ਉਹ ਉਸ ਦਾ ਪੇਟ ਵੀ ਵੱਡਾ ਜਾ ਰਿਹਾ ਹੈ ਅਤੇ ਜਿਹੜਾ ਵੀ ਇਨਸਾਨ ਉਸ ਦੇ ਪੇਟ ਨੂੰ ਦੇਖਦਾ ਹੈ ਜਾਂ ਫਿਰ ਜਿਸ ਨੂੰ ਉਸ ਦੇ ਬਾਰੇ ਵਿੱਚ ਨਹੀਂ ਪਤਾ ਕਿ ਉਸ ਨੂੰ ਕੀ ਪ੍ਰੋਬਲਮ ਹੈ ਉਹ ਇਹ ਕਹਿੰਦੇ ਹਨ ਕਿ ਇਸ ਦਾ ਪੇਟ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਸ ਦੇ ਘਰ ਬੱਚੇ ਨੇ ਜਨਮ ਲੈਣਾ ਹੋਵੇ ਜਿੰਨਾ ਲੋਕਾਂ ਨੂੰ ਇਸ ਦੇ ਬਾਰੇ ਵਿੱਚ ਨਹੀਂ ਸੀ ਪਤਾ ਉਹ ਉਸ ਨੂੰ ਤਾਨੇ ਮੇਨੇ ਵੀ ਮਾਰਦੇ ਸਨ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਤਾਂ ਉਹ ਬਹੁਤ ਹੀ ਜ਼ਿਆਦਾ ਦੁਖੀ ਹੁੰਦੇ ਸਨ ਇਸ ਕਰਕੇ ਉਸ ਬੱਚੇ ਦੀ ਫੋਟੋ ਕਲਿੱਕ ਕਰਕੇ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤੀ ਹੈ ਅਤੇ ਉਸ ਦੇ ਉੱਪਰ ਲਿਖ ਦਿੱਤਾ ਹੈ ਕਿ ਇਸ ਬੱਚੇ ਦੇ ਘਰ ਬੱਚੇ ਨੇ ਜਨਮ ਲੈਣਾ ਹੈ ਜੋ ਕਿ ਬਿਲਕੁਲ ਝੂਠ ਹੈ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ